ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਾਲਾ ਇਸ ਸਮੇਂ ਦੀ ਵੱਡੀ ਖਬਰ ਹੈ ਜੰਮੂ ਕਸ਼ਮੀਰ ਦੇ ਰਾਜੋਰੀ ਦੇ ਵਿੱਚ ਇੱਕ ਜ਼ਬਰਦਸਤ ਆਈਈ ਦੀ ਬਲਾਸਟ ਹੋਇਆ ਜਿਸ ਦੇ ਅੰਦਰ ਧਮਾਕੇ ਦੇ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਤੇ ਪੰਜ ਲੋਕ ਜ਼ਖਮੀ ਹੋਏ ਨੇ ਇਹਨਾਂ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਵੀ ਕਾਫੀ ਗੰਭੀਰ ਬਣੀ ਹੋਈ ਹੈ ਔਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਤਾਂ ਇਹ ਜਿਹੜਾ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੱਤਵਾਦੀਆਂ ਵੱਲੋਂ ਅੱਤਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਰਾਜੋਰੀ ਦੇ ਪਿੰਡ ਧਾਂਗਰੀ ਦੇ ਵਿੱਚ ਇੱਕ ਪਰਿਵਾਰ ਨੂੰ ਜਿਹੜਾ ਆ ਉਹ ਨਿਸ਼ਾਨਾ ਬਣਾਇਆ ਗਿਆ ਸੀ ਬੀਤੇ ਦਿਨ ਜੋ ਪਹਿਲਾ ਅਤਵਾਦੀਆ ਵੱਲੋਂ ਐਤਵਾਰ ਦੀ ਗੱਲ ਹੈ ਕਿ ਜੋ ਅਤਵਾਦੀ ਹੁੰਦੇ ਆ ਪਹਿਲਾ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਆ ਉੱਥੇ ਉਸ ਘਰ ਦੇ ਮੈਂਬਰਾਂ ਤੋਂ ਆਧਾਰ ਕਾਰਡ ਮੰਗਦੇ ਤੇ ਆਧਾਰ ਕਾਰਡ ਜਦੋਂ ਦਿਖਾਇਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜ਼ਬਰਦਸਤ ਫਾਇਰਿੰਗ ਹੁੰਦੀ ਹੈ ਤਾਂ ਇਸ ਵਿਚਾਲੇ ਅੱਜ ਜਦੋਂ ਤੜਕਸਾਰ ਇਸ ਪਰਿਵਾਰ ਨੂੰ ਜੋ ਮਾਰਿਆ ਗਿਆ ਸੀ ਉਸ ਦੇ ਖਿਲਾਫ ਕਾਰਵਾਈ ਦੇ ਖਿਲਾਫ ਲੋਕਾਂ ਵੱਲੋਂ ਪਿੰਡ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਜ਼ਬਰਦਸਤ ਆਈਈਡੀ ਬਲਾਸਟ ਹੁੰਦਾ ਉਸੇ ਜਗ੍ਹਾ ਤੇ ਬੰਬ ਧਮਾਕਾ ਹੁੰਦਾ ਜਿੱਥੇ ਐਤਵਾਰ ਨੂੰ ਫਾਇਰਿੰਗ ਦੇ ਦੌਰਾਨ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਔਰ ਦੱਸਿਆ ਜਾ ਰਿਹਾ ਕਿ ਅੱਤਵਾਦੀ ਵੱਲੋਂ ਜਦੋਂ ਆਧਾਰ ਕਾਰਡ ਦੇਖੇ ਗਏ ਸੀ ਤਾਂ ਉਸ ਦੇ ਵਿੱਚ ਇਹ ਪਰਿਵਾਰ ਜਿਹੜਾ ਹੈ Hindu ਧਰਮ ਦੇ ਨਾਲ ਸੰਬੰਧਿਤ ਹੈ ਜਿਸ ਕਰਕੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਪਹਿਲਾ ਫਾਇਰਿੰਗ ਦੇ ਵਿੱਚ 4 ਲੋਕਾਂ ਦੀ ਮੌਤ ਹੋ ਜਾਂਦੀ ਹੈ ਫਿਰ ਫਾਇਰਿੰਗ ਦੇ ਖਿਲਾਫ ਧਰਨਾ ਪ੍ਰਦਰਸ਼ਨ ਹੁੰਦਾ ਹੈ ਤਾਂ ਉਸੇ ਹੀ ਘਰ ਦੇ ਵਿੱਚ ਇੱਕ ਹੋਰ ਤਮਾਕਾ ਹੋ ਜਾਂਦਾ ਹੈ ਤੇ ਇਸ ਦੇ ਅੰਦਰ ਇੱਕ ਛੋਟੀ ਬੱਚੀ ਦੀ ਮੌਤ ਹੋ ਜਾਂਦੀ ਹੈ ਪੁਲਿਸ ਤੇ ਆਰਮੀ ਨੇ ਹੁਣ ਇਸ ਪਿੰਡ ਨੂੰ ਸੀਲ ਕਰ ਲਿਆ ਗਿਆ ਔਰ ਦੱਸਿਆ ਜਾ ਰਿਹਾ ਕਿ ਇੱਕ ਹੋਰ ਪੁਲਿਸ ਨੂੰ ਜਿਹੜਾ ਆ ਉਹ ਇੱਕ ਹੋਰ ਬੰਬ ਬਰਾਮਦ ਹੋਇਆ ਆਈਈਡੀ ਪਲਾਂਟ ਕੀਤਾ ਹੋਇਆ ਸੀ ਹਾਲਾਂਕਿ ਇੱਕ ਫਟਿਆਤ ਇੱਕ ਜਿਹੜਾ ਪੁਲਿਸ ਨੇ ਆਪਣੇ ਗ੍ਰਿਫਤ ਚ ਲੈ ਕੇ ਉਸ ਨੂੰ ਜਿਹੜਾ ਡਿਸਮਿਸ ਕਰ ਦਿੱਤਾ ਉਸ ਨੂੰ ਜਿਹੜਾ ਇਸ ਤੋਂ ਬਾਅਦ ਫਿਰ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਚੱਪੇ-ਚੱਪੇ ਤੇ ਪੁਲਿਸ ਫੋਰਸ ਦੇ ਨਾਲ ਕੀਤੀ ਗਈ ਹੈ ਔਰ ਜੋ ਬੀਤੇ ਦਿਨ ਘਟਨਾ ਹੋਈ ਸੀ ਬੀਤੇ ਦਿਨ ਜੋ ਫਾਇਰਿੰਗ ਹੋਈ ਸੀ ਐਤਵਾਰ ਨੂੰ ਇੱਕ ਕਾਰ ਦੇ ਵਿੱਚ ਤਾਂ ਉਥੇ ਚਾਰ ਲੋਕ ਮਾਰੇ ਗਏ ਸੀ ਤੇ ਸੱਤ ਜ਼ਖਮੀ ਹੋਏ ਸੀ ਤਾਂ ਅੱਜ ਜਦੋਂ ਬੰਬਤਮਾਕਾ ਹੁੰਦਾ ਇਸ ਦੇ ਵਿੱਚ ਇੱਕ ਬੱਚੀ ਦੀ ਜਾਨ ਚਲੀ ਜਾਂਦੀ ਹੈ ਤੇ ਨਾਲ ਪੰਜ ਲੋਕ ਜ਼ਖਮੀ ਹੋ ਜਾਂਦੇ ਤੇ ਪੰਜਾਂ ਦੇ ਵਿੱਚੋਂ ਇੱਕ ਜਾਨੇ ਦੀ ਹਾਲਤ ਜਿਹੜੀ ਗੰਭੀਰ ਬਣੀ ਹੋਈ ਹੈ ਤਾਂ ਪੁਲਿਸ ਨੇ ਹੁਣ ਸਾਰੇ ਏਰੀਆ ਦੀ ਘੇਰਾਬੰਦੀ ਸ਼ੁਰੂ ਕਰ ਲਈ ਹੈ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਔਰ ਇਹ ਵੀ ਖਦਸ਼ੇ ਜਤਾਏ ਜਾ ਰਹੇ ਨੇ ਕਿ ਕੋਈ ਅਤਵਾਦੀ ਇਸ ਪਿੰਡ ਦੇ ਨੇੜੇ ਤੜੇ ਲੁਕਿਆ ਹੋਇਆ ਹੋ ਸਕਦਾ ਹੈ ਤਾਂ ਉਸ ਦੀ ਭਾਲ ਵੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਇਸ ਘਟਨਾ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇਸ ਦੇ ਨਾਲ ਇੱਕ ਵਾਰ ਮੁੜ ਤੋਂ ਨਵੇਂ ਸਾਲ ਦੇ ਜਸ਼ਨਾਂ ਨੂੰ ਜਿਹੜਾ ਹੈ ਉਸ ਨੇ 60 ਜ਼ਰੂਰ ਪਹੁੰਚਾਈ ਹੈ ਤਾਂ ਜੇਕਰ ਦੇਖਿਆ ਜਾਵੇ ਤਾਂ ਇਹ ਦੂਸਰੀ ਘਟਨਾ ਹੈ ਤੀਸਰੀ ਘਟਨਾ ਕਹਿ ਸਕਦੇ ਆ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਹੈ ਸ਼੍ਰੀਨਗਰ ਦੇ ਵਿੱਚ ਐਤਵਾਰ ਦੀ ਸ਼ਾਮ ਕੋਈ 6:30 ਵਜੇ ਦੇ ਕਰੀਬ ਹਵਾਲ ਚੌਂਗ ਦੇ ਨਜ਼ਦੀਕ ਵੀ ਅਤਵਾਦੀਆਂ ਨੇ ਸੀਆਰਪੀਐਫ ਦੇ ਬੰਕਰ ਦੇ ਵਿੱਚ ਗਰਨੇਡ ਹਮਲਾ ਕੀਤਾ ਸੀ ਤੇ ਇਸ ਹਾਲਾਂਕਿ ਜਦੋਂ ਹਮਲਾ ਹੁੰਦਾ ਤਾਂ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਜਿਹੜੇ ਇੱਕ ਨਾਗਰਿਕ ਇੱਥੋਂ ਦਾ ਜਿਹੜਾ ਹੈ ਉਸ ਇਸ ਗਰਨੇਡ ਹਮਲੇ ਦੇ ਵਿੱਚ ਜ਼ਖਮੀ ਹੋ ਜਾਂਦਾ ਫਿਲਹਾਲ ਹਲੇ ਤੱਕ ਇਸ ਬੰਬਾਰੀ ਦੀ ਜਿਹੜੀ ਹੈ ਕੋਈ ਵੀ ਜਿਹੜੀ ਹੈ ਉਸ ਘਟਨਾ ਸਾਹਮਣੇ ਨਹੀਂ ਆਈ ਇਸ ਤੋਂ ਬਾਅਦ ਫਿਰ ਇਸ ਤੋਂ ਬਾਅਦ ਐਤਵਾਰ ਨੂੰ ਮੇਰੇ ਪਾਉਣੇ 12 ਵਜੇ ਦੇ ਕਰੀਬ ਦੱਖਣ ਕਸ਼ਮੀਰ ਦੇ ਪਲਵਾਮਾ ਜ਼ਿਲ੍ਹੇ ਦੇ ਵਿੱਚ ਰਾਜਪੋਰਾ ਦੇ ਅੰਦਰ CRPF ਦੇ ਇੱਕ ਜਵਾਨ ਤੋਂ AK-47 ਰਾਈਫਲ ਖੋਹੀ ਜਾਂਦੀ ਹੈ ਰਾਈਫਲ ਖੋਣ ਵਾਲਾ ਜਿਹੜਾ ਨੌਜਵਾਨ ਆ ਉਹ 25 ਸਾਲ ਦਾ ਹੁੰਦਾ ਹੈ ਤੇ ਸ਼ਾਮ ਤੱਕ ਜਿਹੜੀ ਹੈ ਰਾਈਫਲ ਜਿਹੜੀ ਹੈ ਉਹ ਖੋਹੀ ਜਾਂਦੀ ਹੈ ਤਾਂ ਉਸ ਲੜਕੇ ਨੂੰ ਜਿਹੜਾ ਥਾਣੇ ਦੇ ਵਿੱਚ ਪਹੁੰਚਾ ਦਿੱਤਾ ਜਾਂਦਾ ਤਾਂ ਇਹ ਲਗਾਤਾਰ ਨਵੇਂ ਸਾਲ ਦੇ ਉੱਪਰ ਤਿੰਨ ਵੱਡੀਆਂ ਘਟਨਾਵਾਂ ਹੋਈਆਂ ਇੱਕ CRPF ਦੇ ਜਿਹੜਾ ਬੰਕਰ ਆ ਉਸ ਦੇ ਉੱਪਰ ਗਰਨੇਡ ਅਟੈਕ ਹੁੰਦਾ ਫਿਰ ਉਸ ਤੋਂ ਬਾਅਦ ਇੱਕ ਪਰਿਵਾਰ ਨੂੰ ਅੱਤਵਾਦੀਆਂ ਵੱਲੋਂ ਉਸ ਦੀ شناخت ਕਰਨ ਤੋਂ ਬਾਅਦ ਫਾਇਰਿੰਗ ਕਰਕੇ ਚਾਰ ਜਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਤੀਸਰੀ ਵੱਡੀ ਖਬਰ ਹੈ ਕਿ ਇੱਕ ਬੰਬ ਧਮਾਕਾ ਹੋਇਆ ਜੰਮੂ ਦੇ ਰਾਜੋਰੀ ਸੈਕਟਰ ਦੇ ਵਿੱਚ ਔਰ ਇਸ ਦੇ ਵਿੱਚ ਇੱਕ ਬੱਚੀ ਦੀ ਮੌਤ ਹੋਈ ਹੈ ਤੇ ਨਾਲ ਦੀ ਨਾਲ ਪੰਜ ਲੋਕ ਜ਼ਖਮੀ ਹੋਏ ਤੇ ਜ਼ਖਮੀਆਂ ਦੇ ਵਿੱਚੋਂ ਵੀ ਇੱਕ ਹਾਲਤ ਇੱਕ ਦੀ ਹਾਲਤ ਜਿਹੜੀ ਆ ਉਹ ਗੰਭੀਰ ਦੱਸੀ ਜਾ ਰਹੀ ਹੈ